तरन तारण में आज डिप्टी CHM पंजाब सुखबीर सिंह रंगावत तरन तारण के विधायक डॉक्टर धर्मवीर अग्निहोत्री के कार्रवाई में पहुंचे। इस मौके पर विधायक सुखपाल सिंह भूलर, विधायक हरमिंदर सिंह गिल, विधायक कुलबीर सिंह जीरा भी थे। तरन तारण में वर्करों और लोगों को संबोधित करते हुए डिप्टी CM सुखजिंदर सिंह रंगवा ने कहा कि पंजाब में आने वाली विधानसभा चुनाव के लिए वर्कर पूरी तरह से तैयार हैं। इनका जोश बता रहा है कि 2017 की तरह 2022 में भी कांग्रेसन पार्टी को भी झंडा लहराया जाएगा। उन्होंने कहा कि पंजाब में विकास कार्य कारज काम शिखरों में चल रहा है और अकाली दल से जो जीत के सपने देख रहा है वह किसी भी सूरत पर नहीं पूरे होंगे। तरन तारण से निशंत सोता की रिपोर्ट। देखा तुसी कि मैनू रिजाइन भी देना पिया सी जदों साडी कैबिनेट मीटिंग दी देखी करना चाहिए गया। जिस दिन दी साडी सरकार बननी है सब तो पहला असीं इह केस जिहड़ा इहनू टेकअप कीता ते बेदबी दे विच जिहड़े दोषी जां जिन्हां दी इंटरोगेशन करनी है उहनां दा असीं केस अदालत च थल्ले पाया ते उन्होंने सानू इंटरोगेशन की परमिशन दी। उहदे बाद डेरे वाले हाई कोर्ट गए, हाई कोर्ट ने असीं उत्थे अपना पूरा केस प्लीट किया कि कोई सिक्योरिटी की प्रॉब्लम नहीं, असीं सारी पंजाब गवर्नमेंट की लॉ एंड ऑर्डर की प्रॉब्लम हैगी जिहड़ी साडी जिम्मेवारी आ ते असीं कोई पंजाब दे विच इहो जिही नहीं। फिर हाई कोर्ट ने सानू कहा कि ये इंटरोगेशन जिहड़ी उस जेल दे विच कीती जाए, साडी SIT जिहड़ी तैयार बैठी है और एक दो दिन च असीं इंटरोगेशन करन लई साडी पंजाब पुलिस जिहड़े पंजाब दे SIT दे हैड ने ते जिहड़ी पूरी टीम आ उत्थे जाएगी और असीं तह तक पहुँचांगे, किसी दे उत्ते नजायज़ नहीं कीती जाएगी। कोई जिहड़े इत्थे बोलदे ने कि किसी नूं विच फसाउण दी जां करदे ते इह गुरू दी बेअदबी दा मामला, ਇਹ ਗੁਰੂ ਦੀ ਜਿਹੜੀ ਹੈ ਕਿ ਉਹਦੇ ਅਨੁਸਾਰ ਚੱਲਿਆ ਜਾਏਗਾ। ਜੇ ਸਾਡੇ ਗੁਰੂ ਨੇ ਸੱਚਾਈ 'ਤੇ ਖੜੇ ਹੋਣ ਲਈ ਕਿਹਾ, ਉਹਦੇ ਸੱਚਾਈ 'ਤੇ ਖੜੇ ਹੋ ਕੇ ਜਿਹੜੇ ਦੋਸ਼ੀ ਹੋਣਗੇ ਲੋਕਾਂ ਦੇ ਸਾਹਮਣੇ ਲੈ ਕੇ ਖੜੇ ਕੀਤੇ ਜਾਣਗੇ। ਦੂਸਰੀ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ 295 ਦੀ ਅਮੈਂਡਮੈਂਟ ਜਿਹੜੀ ਆ 2018 ਤੋਂ ਦਿੱਲੀ ਭੇਜੀ ਸੀ ਔਰ ਪਤਾ ਨਹੀਂ ਕੀ ਗੱਲ ਸੀ ਕਿ ਉਹਦੇ 'ਤੇ ਕੋਈ ਅਮਲ ਨਹੀਂ ਹੋਇਆ। ਮੈਂ ਦੁਬਾਰਾ ਆਉਂਦਿਆਂ ਕਿਹਾ ਕਿ ਕੋਈ ਵੀ ਧਰਮ ਸਾਰੇ ਧਰਮ ਜਿਹੜੇ ਨੇ ਉਹਨਾਂ ਦੇ ਗ੍ਰੰਥਾਂ ਦੀ ਕੋਈ ਬੇਅਦਬੀ ਕਰਦਾ ਉਹਦੀ 10 ਸਾਲ ਤੱਕ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਕਿ ਜਾਂਦਿਆਂ ਜਿਹੜੇ ਜ਼ਮਾਨਤ ਕਰਵਾ ਕੇ ਅਤੇ ਆ ਜਾਂਦੇ ਬਾਹਰ ਉਹਨਾਂ ਦਾ ਵੀ ਪੂਰਾ ਇਹੀ ਕੀਤਾ ਕਿ 10 ਸਾਲ ਤੱਕ ਉਹ ਜ਼ਮਾਨਤ ਨਾ ਹੋਵੇ ਅਤੇ ਗੁਰੂ ਦੀ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਨਾ ਹੋਵੇ, ਕਿਉਂਕਿ ਸਾਡਾ ਦੇਸ਼ ਧਰਮ ਨਿਰਪੱਖ ਆ ਅਤੇ ਅਸੀਂ ਹਰ ਧਰਮ ਦਾ ਜਿਹੜਾ ਲੈ ਕੇ ਕਿ ਉਹਦੇ 'ਚ ਕੁਰਾਨ ਸ਼ਰੀਫ ਵੀ ਆਏਗੀ, ਭਗਵਦ ਗੀਤਾ ਵੀ ਆਏਗੀ, ਉੱਥੇ ਬਾਈਬਲ ਗੁਰੂ ਗ੍ਰੰਥ ਸਾਹਿਬ ਜਾਂ ਜਿੰਨੇ ਵੀ ਜਿਹੜੇ ਧਰਮ ਨੇ ਉਹਨਾਂ ਦਾ ਕੋਈ ਵੀ ਬੇਅਦਬੀ ਕਰੇਗਾ ਉਹ ਲੈਟ ਉਹਨਾਂ ਨੂੰ ਦੁਬਾਰਾ ਅਸੀਂ ਕੇਸ ਭੇਜਿਆ ਕਿ ਇਹਦੇ 'ਤੇ ਜਲਦੀ ਇੰਪਲੀਮੈਂਟ ਕਰਕੇ ਸਾਨੂੰ ਭੇਜਿਆ। ਰਣਬੀਰ ਸਿੰਘ ਮਾਰਿਆ ਗਿਆ ਸੀ ਉੱਥੇ ਦਿੱਲੀ ਦੇ ਵਿੱਚ ਭਿਆਨਕ ਤੋਂ ਬੜੀ ਬੇਰਹਿਮੀ ਨਾਲ, ਉਸ ਮਾਮਲੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਹਾਡੇ ਜ਼ਿਲ੍ਹੇ ਦਾ ਹੀ ਉਹ ਕੇਸ ਆ, ਉਹਦੀ SIT ਬਿਠਾਈ ਆ, ਉਹਦੀ ਤਹਿ ਤੱਕ ਜਾਵਾਂਗੇ ਔਰ ਜਿਹੜੇ ਵੀ ਦੋਸ਼ੀ ਨੇ ਜਾਂ ਕਿੱਥੇ ਕਿਵੇਂ ਉਹ ਲੈ ਕੇ ਗਏ, ਕਿੱਥੇ ਪਹੁੰਚਿਆ, ਕਿਵੇਂ ਪੰਜਾਬ ਦੇ ਵਿੱਚ ਉਹ ਚੀਜ਼ਾਂ ਹੋ ਗਈਆਂ, ਉਹਦੀ ਸਾਡੀ ਇਨਕੁਆਇਰੀ ਚੱਲ ਰਹੀ ਹੈ। ADGP ਬਿਊਰੋ ਆਫ ਇਨਵੈਸਟੀਗੇਸ਼ਨ ਉਹਦੇ ਹੈੱਡ ਨੇ ਔਰ ਇਹ ਬਹੁਤ ਜਲਦੀ ਅਸੀਂ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ। ਜਿਹੜੀਆਂ ਚੋਣਾਂ 'ਚ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਕਿੰਨੀਆਂ ਸੀਟਾਂ ਖੜੇਗੀ ਔਰ ਕਿਹੜੀ ਪਾਰਟੀ ਨਾਲ ਮੁਕਾਬਲਾ? ਮੈਂ ਤੁਸੀਂ ਅੱਜ ਪ੍ਰੈਸ ਵਾਲੇ 'ਤੇ ਤੁਸੀਂ ਇੱਥੇ ਪ੍ਰੈਸ ਵਾਲੇ ਵੇਖਦੇ ਸੀਗੇ ਕਿ ਵਰਕਰਾਂ ਦਾ ਜੋਸ਼, ਜਿਸ ਵੇਲੇ ਵਰਕਰਾਂ ਦਾ ਜੋਸ਼ ਇਹਨਾਂ ਦਿਨਾਂ 'ਚ ਜੋਸ਼ ਘੱਟਦਾ ਹੁੰਦਾ ਵਰਕਰ ਦਾ, ਅਤੇ ਅੱਜ ਉਹ ਪੂਰਾ ਜੋਸ਼ ਹੈ ਔਰ ਅਸੀਂ ਆਉਣ ਵਾਲੀਆਂ 2022 ਦੀਆਂ ਇਲੈਕਸ਼ਨਾਂ ਜਿੱਤਾਂਗੇ ਔਰ ਜੋ ਲੋਕਾਂ ਨੇ ਵਾਅਦੇ ਕੀਤੇ ਆ ਉਹ ਅਸੀਂ ਪੂਰੇ ਕਰਾਂਗੇ। ਦੂਸਰੀ ਚੀਜ਼ ਜਿਹੜੀ ਆ ਡਰੱਗ ਦਾ ਜਿਹੜਾ ਸਾਡਾ ਕੇਸ ਆ ਉਹ ਵੀ ਬੜਾ ਵੱਡਾ ਕੇਸ ਆ, ਉਹਦੇ ਵਿੱਚ ਵੀ ਡਰੱਗ ਦੇ ਵਿੱਚ ਅਸੀਂ ਜਿਸ ਦਿਨ ਦੀ ਗਵਰਨਮੈਂਟ ਬਣੀ ਆ ਉਹ ਡਰੱਗ ਵਾਲਾ ਕੇਸ ਜਿਹੜੇ ਬੰਦ ਲਿਫਾਫੇ ਕੋਰਟ 'ਚ ਪਏ ਨੇ ਉਹਦੇ 'ਚ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਜਿਹੜੇ ਲਿਫਾਫੇ ਖੋਲ੍ਹੇ ਜਾਣ, ਦੋਨੋਂ ਜਿਹੜੇ ਕੇਸ ਨੇ ਚੱਟੋਪਾਧਿਆ ਦੀ ਰਿਪੋਰਟ ਔਰ ਦੂਸਰੀ ਉਹਦੀ ਹਰਪ੍ਰੀਤ ਸਿੱਧੂ ਦੀ ਰਿਪੋਰਟ, ਦੋਨੇ ਰਿਪੋਰਟਾਂ ਜਿਹੜੀਆਂ ਨੇ ਜਿਹੜੀ ਸਾਡੀ ਅਗਲੀ 19 ਤਰੀਕ ਆ ਉਦੋਂ ਸਾਨੂੰ ਆਸ ਹੈ ਕਿ ਉਹ ਖੁੱਲ੍ਹਣਗੀਆਂ ਅਤੇ ਅਸੀਂ ਪੰਜਾਬ ਨੂੰ ਜਿਹੜੇ ਵੀ ਕੋਈ ਨਸ਼ੇ ਦੇ ਵਪਾਰੀ ਆ ਉਹ ਲੋਕਾਂ ਦੇ ਸਾਹਮਣੇ ਖੜੇ ਕਰਾਂਗੇ। ਦੇਖੋ ਗੱਲ ਸੁਣ, ਕੈਪਟਨ ਸਾਹਿਬ ਉਹਦੇ 'ਤੇ ਆਪਾਂ ਨਾ ਹੁਣ ਬਹੁਤਾ ਨਾ ਕਰੀਏ ਕੈਪਟਨ ਸਾਹਿਬ 'ਤੇ, ਕਿਉਂਕਿ ਮੇਰਾ ਖਿਆਲ ਹੈ ਕਿ ਜਿੱਦਾਂ ਕਿ ਉਹ ਕਰੀ ਜਾਂਦੇ ਕਿ ਜੇ ਦੇਖੋ ਇਸ ਵੇਲੇ ਪੰਜਾਬ ਦੀ ਜੇ ਕੋਈ ਸਭ ਤੋਂ ਵੱਧ ਦੁਸ਼ਮਣ ਪਾਰਟੀ ਆ ਕਿਸਾਨੀ ਦੀ ਦੁਸ਼ਮਣ ਆ,
पंजाब की दुश्मन है कि 50 किलोमीटर तक कैप्टन साहब ये कह रहे हैं कि देश की जी सिक्योरिटी का। तो मैं पूछना चाहना कैप्टन साहब कि जिस दिन तुम आर्मी से उदन तो उदन सिक्योरिटी को की खतरा से 65 जंग से असी लड़ाइया लड़िया। तो इसलिए तुम मैं ता गल कहना कि वो मैनू नहीं पता कि उन्होंने मजबूरी आ तो योजना पंजाब की देश भगती शक कर लग पे ने कोई कैप्टन साहब भी वो बारे दस सकते कि उन्होंने मजबूरी की है। बिल्कुल नहीं चलती, वो साढ़े प्रधान ने जिहड़ी भी चिट्ठी लिखते उन्होंने असी इंप्लीमेंट करते हैं। चिट्ठी लिखना ये अगे हूँ MLA साहब ने यह मैनू कोई चीज़ देंगे तो मैं कहूँगा कि अपनी कोई बगावत है MLA साहब की जेड़े भी साढ़े डिस्ट्रिक्ट प्रेजिडेंट जां साढ़े PCC दे प्रेजिडेंट सानू वो चिट्ठियां लिखते हैं। ये अज तो नहीं, पुरानी हिस्ट्री जे कढ़ लो हमेशा प्रेजिडेंट जिहड़ा उहदे साडी जिहड़ी गवर्नमेंट आ जां कोई उह बाद च पहलां साडा ਜਿਹੜਾ ਸੰਗਠਨ ਆ ਉਹ ਸਾਡੇ ਲਈ ਪੈਂਦਾ। ਪੰਜਾਬ ਦੇ ਵਿੱਚ ਕਾਂਗਰਸ ਦਾ ਗਠਨ ਨਹੀਂ ਹੋ ਸਕਿਆ, ਜ਼ਿਲ੍ਹੇ ਦੇ ਪ੍ਰਧਾਨ ਹੀ ਬਣੇ ਦੋ ਦੋ ਢਾਈ ਢਾਈ ਸਾਲ ਤੋਂ ਜਿਹੜਾ ਉਹਦਾ ਕੀ ਕਾਰਨ ਕਰੇ? ਨਹੀਂ ਪਹਿਲਾਂ ਤਾਂ ਹੈਗੇ ਸੀ, ਅਜੇ ਵੀ ਸਾਡੇ ਜਿਹੜੇ ਪੁਰਾਣੇ ਉਹ ਕੰਮ ਕਰ ਰਹੇ। ਥਰਮਲ ਪਲਾਂਟ ਜਿਹੜਾ ਬੰਦ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਸਮਝੌਤਾ ਰੱਖ ਦਿੱਤਾ ਜੀਵੀ ਕੇ ਥਰਮਲ ਪਲਾਂਟ ਦਾ ਸਮਝੌਤਾ ਬਿਜਲੀ ਨੂੰ ਲੈ ਕੇ, ਉੱਤੇ ਬਾਰੇ ਕੀ? ਮੈਂ ਇਹਨੂੰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਥਰਮਲ ਪਲਾਂਟ ਆਪਣਾ ਸਮਾਂ ਪੂਰਾ ਕਰਕੇ ਨੇ ਅਤੇ ਉਹਨਾਂ ਨੇ ਜੋ ਬਾਦਲਾਂ ਨੇ ਜੋ ਗਲਤ ਸਮਝੌਤੇ ਕੀਤੇ ਨੇ ਉਹਦੇ 'ਤੇ ਵਾਈਟ ਪੇਪਰ ਵੀ ਆ ਰਿਹਾ ਔਰ ਉਹ ਵਿਧਾਨ ਸਭਾ 'ਚ ਉਹਨਾਂ ਦੇ ਬਾਰੇ ਜਿਹੜਾ ਬਿੱਲ ਵੀ ਲੈ ਕੇ ਆਵਾਂਗੇ। ਮੈਂ ਸਾਰਾ ਕੁਝ ਤੁਸੀਂ ਜਦੋਂ ਆਏਗਾ ਉਹ ਪਹਿਲਾਂ ਨਹੀਂ ਮੈਂ ਦੱਸਣਾ ਚਾਹੁੰਦਾ ਉਹ ਇਹਨਾਂ ਦੀਆਂ